ਦੀ ਕਾਲ ਦਿੱਤੀ ਗਈ ਹੈ। ਦੱਸ ਕੇ ਐਸਸੀ ਐਸਟੀ ਕੋਟੇ ਚ ਕ੍ਰੀਮੀ ਲੇਅਰ ਦੇ ਖਿਲਾਫ ਆ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਆਰਕਸ਼ਣ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਬੰਦ ਨੂੰ BSP ਦੇ ਵੱਲੋਂ ਸਮਰਥਨ ਦਿੱਤਾ ਗਿਆ ਹੈ। ਬੰਦ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮਾਂ ਪ੍ਰਬੰਧ ਕੀਤੇ ਗਏ ਨੇ। ਦਰਅਸਲ ਹਾਲ ਹੀ ਚ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਤੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਐਸਸੀ ਐਸਟੀ ਰਿਜ਼ਰਵੇਸ਼ਨ ਚ ਕ੍ਰੀਮੀ ਲੇਅਰ ਬਣਾਉਣ ਦੀ ਇਜਾਜ਼ਤ ਦਿੱਤੀ। ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਅਸਲ ਵਿੱਚ ਇਸ ਦੀ ਲੋੜ ਹੈ, ਜ਼ਰੂਰਤ ਹੈ, ਉਹਨਾਂ ਨੂੰ ਰਿਜ਼ਰਵੇਸ਼ਨ ਵਿੱਚ ਪਹਿਲ ਮਿਲਣੀ ਚਾਹੀਦੀ ਹੈ। ਕਈ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਇਸ ਦਾ ਵਿਰੋਧ ਵੀ ਕਰ ਰਹੀਆਂ ਨੇ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਤੋਂ ਕਿਹਾ ਜਾ ਰਿਹਾ ਕਿ ਜੋ ਆ ਫੈਸਲਾ ਸੁਣਾਇਆ ਗਿਆ ਸੀ ਉਸਨੂੰ ਵਾਪਸ ਲਿਆ ਜਾਏ। ਭਾਰਤ ਬੰਦ ਦੀ ਇਸ ਕਾਲ ਦੇ ਮੱਦੇਨਜ਼ਰ ਪੰਜਾਬ, ਖਾਸ ਕਰ ਜਲੰਧਰ ਦਾ ਅਸੀਂ ਜ਼ਿਕਰ ਕਰੀਏ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਇੰਤਜ਼ਾਮਾਤ ਕੀਤੇ ਗਏ ਤੇ ਭਾਰਤ ਬੰਦ ਦਾ ਜੋ ਹੈ ਇਫੈਕਟ ਸਾਨੂੰ ਵੇਖਣ ਨੂੰ ਮਿਲ ਰਿਹਾ। ਬਿਨਾਂ ਮੇਰੇ ਸਹਿਯੋਗੀ ਰਾਘਵ ਜੈਨ ਲਾਈਵ ਜਲੰਧਰ ਤੋਂ ਮੌਜੂਦ ਨੇ। ਰਾਘਵ, ਜਾਣਨਾ ਚਾਹਾਂਗੇ ਕੁਝ ਜਥੇਬੰਦੀਆਂ ਦੇ ਵੱਲੋਂ BSP ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜੇ ਅਸੀਂ ਖਾਸ ਕਰ ਗੱਲ ਕਰੀਏ ਜਲੰਧਰ ਦੀ, ਦੁਆਬੇ ਰੀਜਨ ਦੀ ਤੇ BSP ਦੀ ਇੱਕ ਖਾਸ ਪਕੜ ਹੈ, ਕੀ ਕੁਝ ਅਸਰ ਇੱਥੇ ਭਾਰਤ ਬੰਦ ਦਾ? ਦੇਖੋ ਗੁਰਜੀਤ, ਇਹ ਚੌਂਕਾਂ 'ਚ ਬਹਿਣਾ ਜਿਹੜਾ ਕਿ ਸ਼ੁਰੂ ਹੋ ਚੁੱਕੇ ਹੋਏ ਆ। ਮੈਂ ਪਠਾਨਕੋਟ ਬਾਈਪਾਸ ਚੌਂਕ ਵਿੱਚ ਮੌਜੂਦ ਹੈ, ਜਿੱਥੇ ਕਿ ਇਹਨਾਂ ਤੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਕਿ ਪਹੁੰਚ ਚੁੱਕੀ ਸੀ, ਯਾਨੀ ਕਿ ਪੁਲਿਸ ਦੀ ਭਾਰੀ ਮਾਤਰਾ ਵਿੱਚ ਇੱਥੇ ਮੌਜੂਦ ਹੈ ਤੇ ਇਹਨਾਂ ਨੂੰ ਸਾਫ਼ ਤੌਰ ਤੇ ਮਨਾ ਕਰਤਾ ਕਿ ਇਹਨਾਂ ਨੇ ਚੌਂਕ ਦੇ ਵਿਚਕਾਰ ਨਹੀਂ ਬਹਿਣਾ। ਚੌਂਕ ਦੇ ਇੱਕ ਸਾਈਡ ਤੇ ਬਹਿ ਕੇ ਇਹ ਲੋਕ ਆਪਣਾ ਜਿਹੜਾ ਪ੍ਰੋਟੈਸਟ ਕਰ ਸਕਦੇ, ਯਾਨੀ ਕਿ ਯਾਤਾਯਾਤ ਨੂੰ ਕੋਈ ਵੀ ਦਿੱਕਤ ਜਿਹੜੀ ਕਿ ਨਹੀਂ ਆਊਗੀ। ਉਸ ਤੋਂ ਇਲਾਵਾ ਇਹੀ ਰੋਡ ਜਿਹੜੀ ਕਿ ਪਠਾਨਕੋਟ ਭੋਗਪੁਰ ਨੂੰ ਜਾਂਦੀ ਹੈ ਅੱਗੇ, ਤਾਂ ਅੱਗੇ ਬੱਲਾ ਡੇਰਾ ਦੇ ਨੇੜੇ ਇਹ ਲੋਕ ਜਿਹੜਾ ਕੀ ਹੈ ਦੋਨੋਂ ਸਾਈਡ ਦੇ ਵਿਚਕਾਰ ਜਿਹੜੇ ਕਿ ਦਰੀਆਂ ਵਿਛਾ ਕੇ ਬੈਠ ਚੁੱਕੇ ਹੋਏ ਨੇ, ਕਿਉਂਕਿ ਪੁਲਿਸ ਨੇ ਸਾਫ਼ ਤੌਰ ਤੇ ਕਹਿਤਾ ਕਿ ਤੁਸੀਂ ਹਾਈਵੇ ਨੂੰ ਬੰਦ ਨਹੀਂ ਕਰਨਾ। ਹਾਈਵੇ ਜਿਹੜਾ ਕਿ ਸੁਚਾਰੂ ਰੂਪ ਦੇ ਨਾਲ ਜਿਸ ਤਰ੍ਹਾਂ ਚੱਲਦਾ ਵਾ ਉਸੇ ਤਰ੍ਹਾਂ ਚੱਲੂਗਾ, ਯਾਨੀ ਕਿ ਹੁਣ 10 ਵਜੇ ਜਿਹੜੇ ਕਿ ਇਹਨਾਂ ਵੱਲੋਂ ਜਿਹੜੇ ਕਿ ਸਾਈਡ ਤੇ ਆਪਣਾ ਸਟੇਜ ਬਣਾਇਆ ਜਾਊਗਾ ਤੇ ਉੱਥੋਂ ਦੀ ਜਿਹੜੀ ਕਿ ਅੱਗੇ ਦੀ ਕਾਰਵਾਈ ਚੱਲੂਗੀ। ਫਿਲਹਾਲ ਇਹ ਲੋਕ ਹਜੇ ਬਾਜ਼ਾਰਾਂ ਵਿੱਚ ਜਾਂ ਕਿਸੇ ਹੋਰ ਥਾਂ ਤੇ ਨਹੀਂ ਗਏ ਆ, ਇਹ ਲੋਕ ਹਜੇ ਜਿਹੜੇ ਮੇਨ 3 ਚੌਂਕ ਹੈ ਉੱਥੇ ਬੈਠੇ ਹੈਗੇ ਆ। ਇੱਕ ਪਠਾਨਕੋਟ ਬਾਈਪਾਸ ਚੌਂਕ ਵਿੱਚ ਬੈਠੇ ਆ, ਉਸ ਤੋਂ ਇਲਾਵਾ ਬੱਲਾ ਡੇਰਾ ਦੇ ਨੇੜੇ ਬੈਠੇ ਆ, ਇੱਕ ਬੂਟਾ ਮੰਡੀ ਦੇ ਨੇੜੇ ਇਹ ਲੋਕ ਬੈ ਚੁੱਕੇ, ਯਾਨੀ ਕਿ 3 ਥਾਵਾਂ ਤੇ ਬੈਠੇ ਆ। ਪਰ ਜ਼ਿਆਦਾ ਸਮਰਥਕ ਜਿਹੜੇ ਕਿ ਹਜੇ ਤੱਕ ਨਜ਼ਰ ਨਹੀਂ ਆ ਰਹੇ, ਕਿਉਂਕਿ ਪੁਲਿਸ ਬਲ ਕਾਫੀ ਆ ਚੁੱਕਾ ਹੈ, ਲੇਕਿਨ ਸਮਰਥਕ ਜਿਹੜੇ ਦਰੀਆਂ ਪਛਾਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲੱਗਦਾ ਕਿ ਪੁਲਿਸ ਇਹਨਾਂ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ, ਤਾਂ ਇੱਥੇ ਖਿੱਚਾਤਾਨੀ ਵੀ ਹੋ ਸਕਦੀ ਹੈ, ਕਿਉਂਕਿ ਪੁਲਿਸ ਨੇ ਸਾਫ਼ ਤੌਰ ਤੇ ਮਨਾ ਕੀਤਾ ਸੀਗਾ ਕਿ ਵਿਚਕਾਰ ਤੁਸੀਂ ਦਰੀਆਂ ਨਹੀਂ ਪਛਾਣੀਆਂ, ਲੇਕਿਨ ਇਹ ਲੋਕ ਹੁਣ ਦਰੀਆਂ ਪਛਾਣੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਤੁਸੀਂ ਦੇਖਦੇ ਪਏ ਪਠਾਨਕੋਟ ਚੌਂਕ ਮੇਨ ਚੌਂਕ ਹੈ, ਜਿੱਥੇ ਕਿ ਇਹ ਲੋਕ ਚੌਂਕ ਦੇ ਵਿਚਕਾਰ ਦਰੀਆਂ ਵਿਛਾ ਰਹੇ ਆ ਤੇ ਆਸ ਪਾਸ ਪੁਲਿਸ ਬਲ ਵੀ ਲੱਗਾ ਹੋਇਆ ਕਿ ਪੁਲਿਸ ਨੇ ਪਹਿਲਾਂ ਉਹਨੂੰ ਮਨਾ ਕੀਤਾ ਸੀਗਾ ਕਿ ਤੁਸੀਂ ਚੌਂਕ ਦੇ ਵਿੱਚ ਨਹੀਂ ਪੈਣਾ, ਤੇ ਵੱਡੇ ਅਫਸਰ ਵੀ ਇੱਥੇ ਮੌਜੂਦ ਹੈ। ਮੈਨੂੰ ਲੱਗਦਾ ਕਿ ਹੁਣ ਵੱਡੇ ਅਫਸਰ ਇੱਥੇ ਪਹੁੰਚਣਗੇ ਤੇ ਇਹਨਾਂ ਨੂੰ ਸਮਝਾਉਣਗੇ ਜ਼ਰੂਰ, ਕਿਉਂਕਿ ਤਸਵੀਰਾਂ ਦੇਖ ਸਕਦੇ ਸੀਗੇ, ਕਿਉਂਕਿ ਜੇਕਰ ਇਹ ਲੋਕ ਚੌਂਕ ਦੇ ਵਿੱਚ ਬਹਿੰਦੇ ਹੈਗੇ ਤੇ ਇੱਕ ਵੱਡਾ ਜਾਮ ਜਿਹੜਾ ਕਿ ਇੱਥੇ ਲੱਗ ਜੂਗਾ, ਕਿਉਂਕਿ ਇਹ ਰੋਡ ਬਹੁਤ ਜ਼ਿਆਦਾ ਚੱਲਦੀ ਹੈ। ਇਹ ਰੋਡ ਅੰਮ੍ਰਿਤਸਰ ਨੂੰ ਵੀ ਜਾਂਦੀ ਹੈ, ਇਹ ਰੋਡ ਲੁਧਿਆਣੇ ਵੱਲ ਨੂੰ ਜਾਂਦੀ ਹੈ ਤੇ ਦੂਜੇ ਪਾਸੇ ਇਹੀ ਰੋਡ ਹੈ ਜਿਹੜੀ ਪਠਾਨਕੋਟ ਵੱਲ ਨੂੰ ਨਿਕਲਦੀ ਹੈਗੀ। ਜੇਕਰ ਇੱਥੇ ਇਹ ਲੋਕ ਬਹਿੰਦੇ ਨੇ ਤੇ ਇਸ ਕਾਰਨ ਇੱਕ ਵੱਡਾ ਜਾਮ ਜਿਹੜਾ ਕੀ ਹੈ ਵੇਖਣ ਨੂੰ ਮਿਲੂਗਾ। ਤਸਵੀਰਾਂ ਦੇਖਦੇ ਪਏ ਕਿ ਇਹ ਲੋਕ ਹੁਣ ਚੌਂਕ ਦੇ ਵਿਚਕਾਰ ਜਿਹੜਾ ਕਿ ਬੈਠਣਾ ਸ਼ੁਰੂ ਹੋ ਚੁੱਕੇ ਹੋਏ ਨੇ, ਕਿਉਂਕਿ ਹੌਲੀ ਹੌਲੀ ਸਮਰਥਕ ਜਿਹੜੇ ਕਿ ਇਹਨਾਂ ਜੁਟਣੇ ਸ਼ੁਰੂ ਹੋ ਚੁੱਕੇ ਹੋਏ ਆ। 10 ਵਜੇ ਦਾ ਸਮਾਂ ਜਿਹੜਾ ਕਿ BSP ਨੂੰ ਇਹਦੇ ਸਮਰਥਕ ਸੀਗੇ ਉਹਨਾਂ ਨੂੰ ਜਿਹੜਾ ਕਿ ਦਿੱਤਾ ਗਿਆ ਸੀਗਾ, ਤੇ ਹੁਣ 10 ਵੱਜ ਚੁੱਕੇ ਹੋਏ ਆ ਤੇ ਇਹ ਲੋਕ ਹੁਣ ਜਿਹੜੇ ਕਿ ਬੈਠਣੇ ਸ਼ੁਰੂ ਹੋ ਰਹੇ। ਦੇਖ ਸਕਦੇ ਕਿ ਸਪੀਕਰ ਆ ਚੁੱਕਾ ਹੋਇਆ, ਯਾਨੀ ਕਿ ਇੱਥੇ ਹੀ ਹੁਣ ਜਿਹੜਾ ਕਿ ਇਹਨਾਂ ਵੱਲੋਂ ਸਟੇਜ ਬਣਾਇਆ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਥੋਂ ਦੀ ਜਿਹੜੀ ਕਿ ਅੱਗੇ ਦੀ ਕਾਰਵਾਈ ਚੱਲੂਗੀ। ਹੁਣ ਦੇਖਣ ਵਾਲੀ ਗੱਲ ਇਹ ਵੀ ਹੋਊਗੀ ਕਿ ਪੁਲਿਸ ਇਹਨਾਂ ਨੂੰ ਬੈਠਣ ਦਿੰਦੀ ਹੈ ਇੱਥੇ ਜਾਂ ਫਿਰ ਨਹੀਂ। ਰਾਘਵ, ਤਮਾਮ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਕਿ ਹਾਈਵੇ ਤੇ ਇਹਨਾਂ ਦੇ ਵੱਲੋਂ ਤਮਾਮ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਦਰੀਆਂ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। 10 ਵਜੇ ਦਾ ਸਮਾਂ ਹੋ ਚੁੱਕਿਆ ਹੈ, ਹਾਲ ਹੀ 'ਚ ਜੋ ਬਾਜ਼ਾਰ ਵੀ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ,
ਕੀ ਕੋਈ ਇਹੋ ਜਿਹੀ ਤਸਵੀਰ ਸਾਹਮਣੇ ਆਈ ਹੈ ਕਿ ਜਬਰੀ ਜੋ ਨੇ ਬਾਜ਼ਾਰ ਜਾਂ ਦੁਕਾਨਾਂ ਜਾਂ ਕੁਝ ਅਦਾਰੇ ਬੰਦ ਕਰਵਾਉਣ ਦੀ ਕੋਸ਼ਿਸ਼ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਗਈ ਹੋਈ? ਦੇਖੋ ਪੁੱਛੋ ਤੇ ਹਜੇ ਇਹ ਲੋਕ ਸਟਾਰਟ ਹੋਇਆ ਵਾ, ਕਿਉਂਕਿ ਇਹਨਾਂ ਨੇ ਪਹਿਲਾਂ ਚੌਂਕ ਲੁਕੇ ਹੋਏ ਸੀਗੇ ਕਿ ਇਹਨਾਂ ਚੌਂਕਾਂ ਦੇ ਵਿੱਚ ਆ ਕੇ ਜਿਹੜਾ ਕਿ ਬਹਿਣਾ ਸ਼ੁਰੂ ਕਰਾਂਗੇ ਤਾਂ ਇੱਥੋਂ ਦੀ ਜਿਹੜੀ ਸਟੇਜ ਚੱਲੂਗੀ, ਯਾਨੀ ਕਿ ਸਭ ਤੋਂ ਪਹਿਲਾਂ ਰੋਡ ਜਾਮ ਕਰਨ ਦੀ ਜਿਹੜੀ ਪਲੈਨਿੰਗ ਸੀਗੀ ਉਹਨੂੰ ਇਹ ਲੋਕ ਇੰਪਲੀਮੈਂਟ ਕਰਦੇ ਪਏ ਆ। ਇਹ ਲੋਕ ਮੇਨ ਚੌਂਕ 'ਚ ਬੈਠੇ ਆ, ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਚੌਂਕ 'ਚ ਅਗਰ ਇਹ ਲੋਕ ਬਹਿ ਜਾਂਦੇ ਤਾਂ ਇੱਕ ਵੱਡਾ ਜਾਮ ਜਿਹੜਾ ਕਿ ਲੱਗ ਜਾਊਗਾ। ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਟਰੱਕ ਹੁਣੀ ਜਿਹੜੇ ਕੁਝ ਰੁਕਣੇ ਸ਼ੁਰੂ ਹੋ ਚੁੱਕੇ ਹੋਏ ਆ, ਇੱਕ ਕਿਉਂਕਿ ਹੁਣ ਜਿਹੜੇ ਕਿ ਰੋਡ ਜਿਹੜੀ ਕਿ ਬੰਦ ਹੋ ਗਈ ਤਾਂ ਪੁਲਿਸ ਨੇ ਜਿਹੜੇ ਕਿ ਚਾਰੋਂ ਪਾਸੇ ਜਿਹੜੇ ਕਿ ਟ੍ਰੈਫਿਕ ਨੂੰ ਰੋਕ ਦਿੱਤਾ ਵਾ, ਪਰ ਇਹ ਟ੍ਰੈਫਿਕ ਰੋਕਣ ਦੀ ਵਜ੍ਹਾ ਨਾਲ ਇੱਕ ਵੱਡਾ ਜਾਮ ਜਿਹੜਾ ਕੀ ਹੈ ਉਹ ਲੱਗ ਜਾਣਾ, ਕਿਉਂਕਿ ਖਾਸ ਤੌਰ ਤੇ ਇੱਥੋਂ ਟਰੱਕ ਨਿਕਲਦੇ ਹੈਗੇ ਆ, ਕਿਉਂਕਿ ਇਹ ਰੋਡ ਪਠਾਨਕੋਟ ਤੋਂ ਜਾਂਦੀ ਹੈਗੀ ਤੇ ਇੱਥੋਂ ਰੇਤਾ ਬਜਰੀ ਜਿਹੜੀ ਕਿ ਖਾਸ ਤੌਰ ਤੇ ਆਉਂਦੀ ਤੇ ਵੱਡੇ ਵੱਡੇ ਟਿੱਪਰ ਇਸੇ ਰਾਹ ਤੋਂ ਜਿਹੜੇ ਕਿ ਗੁਜ਼ਰਦੇ ਹੈਗੇ। ਤਸਵੀਰਾਂ ਦੇਖ ਸਕਦੇ ਕਿ ਇਹ ਲੋਕ ਬੈਠ ਚੁੱਕੇ ਤੇ ਇਹਨਾਂ ਵੱਲੋਂ ਨਾਰੇਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮੌਸਮ ਵੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ, ਮੌਸਮ 'ਚ ਕਾਫੀ ਠੰਡਕ ਹੋ ਚੁੱਕੀ ਹੈ, ਲੱਗਦਾ ਕਿ ਜਲਦ ਜਿਹੜੀ ਕਿ ਬਾਰਿਸ਼ ਵੀ ਮੂਸਲਾਧਾਰ ਤੇਜ਼ ਜਿਹੜੀ ਕਿ ਸ਼ੁਰੂ ਹੋ ਗਈ, ਕਿਉਂਕਿ ਬੱਦਲ ਪੂਰੀ ਤਰ੍ਹਾਂ ਕਾਲੇ ਹੋ ਚੁੱਕੇ ਹੋਏ ਤਾਂ ਇਹਨਾਂ ਵੱਲੋਂ ਹੁਣ ਜਿਹੜਾ ਕਿ ਹੈ ਦਰੀਆਂ ਵਿੱਚ ਚੁੱਕੀਆਂ ਹੋਈਆਂ ਤੇ ਇਹ ਲੋਕ ਬੈਠ ਚੁੱਕੇ ਨੇ ਤੇ ਇਹਨਾਂ ਵੱਲੋਂ ਨਾਰੇਬਾਜ਼ੀ ਜਿਹੜੀ ਕਿ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ। ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਲੋਕ ਬਾਜ਼ਾਰਾਂ 'ਚ ਵੀ ਜਾਣਗੇ ਜਾਂ ਇੱਥੇ ਬੈਠ ਕੇ ਹੀ ਜਿਹੜਾ ਕਿ ਇਹਨਾਂ ਵੱਲੋਂ ਜਿਹੜੀ ਕਿ ਕਾਰਗੁਜ਼ਾਰੀ ਕੀਤੀ ਜਾਊਗੀ। ਸਰ ਤੁਹਾਡੇ ਵੱਲੋਂ ਬਾਜ਼ਾਰਾਂ 'ਚ ਜਾ ਕੇ ਬੰਦ ਕਰਾਇਆ ਜਾਊਗਾ ਕਿ ਇੱਥੇ ਬੈਠ ਕੇ? ਇੱਥੇ ਹੀ ਬੈਠਾਂਗੇ, ਸਾਡੀ ਡਿਊਟੀ ਇੱਥੇ ਹੀ ਆ, ਅਸੀਂ ਇਸ ਜਗ੍ਹਾ ਤੇ ਬੈਠਾਂਗੇ। ਨੌਰਥ ਵਿਧਾਨ ਸਭਾ ਦੀ ਡਿਊਟੀ ਪਠਾਨਕੋਟ ਬਾਈਪਾਸ 'ਚ ਬੰਦ ਕਰਵਾਉਣ ਦੀ ਆ, ਜੋ ਅਸੀਂ ਕਰਵਾ ਦਿੱਤਾ ਆ, ਟੋਟਲ ਬੰਦ ਹੋਏਗਾ, ਸ਼ਾਮੀ 5 ਵਜੇ ਤੱਕ ਬੰਦ ਰਹੇਗਾ। ਪਰ ਕੋਈ ਆ ਵੀ ਡਿਊਟੀ ਲੱਗੀ ਹੋਈ ਹੈ ਕਈਆਂ ਦੀ ਕਿ ਤੁਸੀਂ ਬਾਜ਼ਾਰ ਵੀ ਬੰਦ ਕਰਾਣੇ ਆ? ਨਹੀਂ, ਸਾਡੀ ਡਿਊਟੀ ਜੋ ਲੱਗੀ ਅਸੀਂ ਉਹਦੀ ਗੱਲ ਕਰਾਂਗੇ, ਕਿਸੇ ਦੀ ਕੀ ਡਿਊਟੀ ਲੱਗੀ ਆ ਉਹ ਸਾਡੀ ਰਿਸਪੋਨਸੀਬਿਲਟੀ ਨਹੀਂ, ਸਾਡੀ ਜਿਹੜੀ ਪਾਰਟੀ ਆ ਉਹਨੇ ਜਿਹਦੀ ਜਿਹਦੀ ਡਿਊਟੀ ਲਾਈ ਆ ਉਹ ਆਪਣੀ ਡਿਊਟੀ ਤੇ ਬੈਠਾ ਹੋਇਆ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਬਿਲਕੁਲ, ਤੇ ਲੋਕਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਥੇ ਤੇ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਉੱਥੇ ਉੱਥੇ ਕਹਿੰਦੇ, ਕਿਉਂਕਿ ਇਹਨਾਂ ਦੀ ਡਿਊਟੀ ਸੀ ਕਿ ਜਲੰਧਰ ਦਾ ਨੌਰਥ ਇਲਾਕਾ ਜਾਮ ਕਰਨਾ ਹੈ ਤੇ ਉਹ ਇਹਨਾਂ ਨੇ ਕਰ ਦਿੱਤਾ ਵਾ। ਹੁਣ ਇਸੇ ਕਾਰਨ ਜਿਹੜਾ ਕਿ ਕਹਿੰਦੇ ਕਿ ਭਾਰੀ ਟ੍ਰੈਫਿਕ ਵੀ ਇੱਥੇ ਲੱਗ ਚੁੱਕਾ ਹੋਇਆ ਵਾ ਤੇ ਵੱਡੇ ਅਧਿਕਾਰੀ ਵੀ ਇੱਥੇ ਪੁੱਜ ਚੁੱਕੇ ਹੋਏ ਨੇ, ਕਿਉਂਕਿ ਪਹਿਲਾਂ ਗੱਲ ਹੋਈ ਸੀ ਕਿ ਤੁਸੀਂ ਰੋਡ ਦੇ ਇੱਕ ਸਾਈਡ ਤੇ ਬੈਠਣਾ ਹੈਗਾ, ਪਰ ਜਿੱਦਾਂ ਹੀ 10 ਵਜਦੇ ਹੈਗੇ ਇਹ ਲੋਕ ਸੜਕ ਦੇ ਵਿੱਚ ਘਰ ਆ ਕੇ ਬੈਠ ਜਾਂਦੇ ਆ, ਜਿਸ ਕਰਕੇ ਹੁਣ ਰੋਡ ਜਾਮ ਹੋ ਚੁੱਕੀ ਹੋਈ ਹੈ। ਫਿਲਹਾਲ ਅੰਮ੍ਰਿਤਸਰ ਵਾਲੀ ਸਾਈਡ ਖੁਲਵਾ ਦਿੱਤੀ ਹੈ, ਤਸਵੀਰ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਨੂੰ ਜਿਹੜੀ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਜਿਹੜਾ ਕਿ ਜਾਣ ਦਿੱਤਾ ਜਾ ਰਿਹਾ ਵਾ, ਜਿਹੜੀ ਗੱਡੀ ਹੁਣ ਪਠਾਨਕੋਟ ਨੂੰ ਮੁੜ ਰਹੀ ਹੈਗੀ ਉਹਨੂੰ ਜ਼ਰੂਰ ਦਿੱਕਤ ਹੋਊਗੀ, ਲੇਕਿਨ ਦੂਜੇ ਪਾਸੇ ਰਾਹ ਖੋਲ ਦਿੱਤਾ ਪੁਲਿਸ ਵੱਲੋਂ। ਰਾਘਵ, ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ, ਜਾਨਣਾ ਚਾਹਾਂਗੇ ਕਿ ਇਤਿਆਤਨ ਆਮ ਲੋਕਾਂ ਨੂੰ ਜੋ ਟ੍ਰੈਵਲਰਸ ਨੇ ਉਹਨਾਂ ਨੂੰ ਖਜਲ ਖੁਆਈ ਦਾ ਸਾਹਮਣਾ ਨਾ ਕਰਨਾ ਪਏ, ਕੀ ਕੋਈ ਆਲਟਰਨੇਟਿਵ ਰੂਟ ਫਿਰ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਹੈ ਤਮਾਮ ਜੋ ਲੋਕ ਹਾਈਵੇ ਨੂੰ ਕ੍ਰੋਸ ਕਰਦੇ ਨੇ? ਦੇਖੋ, ਜਿਹੜੇ ਲੋਕ ਤਾਂ ਪੁਲ ਦੇ ਉੱਪਰੋਂ ਆਉਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ, ਪਰ ਜਿਹੜੇ ਲੋਕ ਸਰਵਿਸ ਲਾਈਨਾਂ ਥੱਲੋਂ ਪੁਲ ਦੇ ਥੱਲੇ ਪਾਸੋਂ ਦੀ ਅਗਰ ਆਣਗੇ ਤਾਂ ਉਹਨਾਂ ਨੂੰ ਜ਼ਰੂਰ ਦਿੱਕਤ ਆਊਗੀ, ਯਾਨੀ ਕਿ ਪੁਲਿਸ ਇਸ ਤੋਂ ਪਿਛਲਾ ਚੌਂਕ ਹੈਗਾ ਲੰਬਾ ਪਿੰਡ ਚੌਂਕ ਜਿਹਨੂੰ ਓਲਡ ਹੁਸ਼ਿਆਰਪੁਰ ਰੋਡ ਵੀ ਕਿਹਾ ਜਾਂਦਾ ਵਾ, ਉੱਪਰ ਹੀ ਜਿਹੜੀ ਕਿ ਡਿਵਰਸ਼ਨ ਕਰ ਦਿੱਤੀ ਗਈ ਹੈ, ਯਾਨੀ ਕਿ ਜਿਨ੍ਹਾਂ ਨੇ ਅੰਮ੍ਰਿਤਸਰ ਵੱਲ ਨੂੰ ਜਾਣਾ ਵਾ ਉਹਨਾਂ ਨੂੰ ਪਹਿਲੇ ਕਿਹਾ ਦਿੱਤਾ ਕਿ ਭਾਈ ਤੁਸੀਂ ਇਸ ਪੁਲ ਦੇ ਉੱਪਰ ਹੋ ਜਾਓ, ਜੇਕਰ ਥੱਲੇ ਜਾਓਗੇ ਤਾਂ ਫਸ ਜਾਓਗੇ, ਤੇ ਯਾਨੀ ਕਿ ਡਿਵਰਸ਼ਨ ਪਹਿਲੇ ਹੀ ਕਰ ਦਿੱਤੀ ਹੈ, ਇਸ ਕਰਕੇ ਹੁਣ ਉੱਥੇ ਦੇ ਲੋਕਾਂ ਨੂੰ ਜ਼ਿਆਦਾ ਦਿੱਕਤ ਨਹੀਂ ਆਊਗੀ, ਪਹਿਲਾਂ ਹੀ ਲੰਬਾ ਪਿੰਡ ਚੌਂਕ ਤੋਂ ਉਹਨਾਂ ਦੀ ਗੱਡੀਆਂ ਘੁਮਾ ਦਿੱਤੀ ਜਾਊਗੀ। ਤਸਵੀਰ ਦੇਖ ਸਕਦੇ ਹੋ ਪਠਾਨਕੋਟ ਬਾਈ ਵੀ ਪਾਸ ਵੀ ਬੰਦ ਕਰਤਾ, ਇੱਥੇ ਵੀ ਉਹਨਾਂ ਦੇ ਪੁਲਿਸ ਵੱਲੋਂ ਰੱਸੀ ਬੰਨ ਦਿੱਤੀ ਗਈ ਹੈ, ਯਾਨੀ ਕਿ ਹੁਣ ਜਿਹੜੀ ਪਠਾਨਕੋਟ ਤੋਂ ਵੀ ਗੱਡੀ ਆਊਗੀ ਉਹ ਜਿਹੜੀ ਕੀ ਹੈ ਦੂਜੀ ਰੂਟ ਤੋਂ ਹੀ, ਯਾਨੀ ਕਿ ਸਰਵਿਸ ਲਾਈਨ ਤੋਂ ਹੋ ਕੇ ਜਾਊਗੀ, ਬਿਲਕੁਲ ਸਾਹਮਣੇ ਨਹੀਂ ਜਾ ਸਕਦੀ, ਯਾਨੀ ਕਿ ਜੇਕਰ ਸ਼ਹਿਰ 'ਚ ਉਹਨਾਂ ਨੇ ਐਂਟਰੀ ਕਰਨੀ ਹੈ ਤੇ ਸਿੱਧੇ ਤੌਰ ਤੋਂ ਹੁਣ ਐਂਟਰੀ ਨਹੀਂ ਕਰ ਪਾਓਗੇ, ਬਲਕਿ ਉਹਨਾਂ ਨੂੰ ਘੁੰਮ ਕੇ ਜਿਹੜਾ ਕੀ ਹੈ ਅਗਲੇ ਚੌਂਕ ਲਾ, ਯਾਨੀ ਕਿ ਲੰਬਾ ਪਿੰਡ ਚੌਂਕ ਤੋਂ ਹੋ ਕੇ ਜਿਹੜਾ ਕਿ ਸ਼ਹਿਰ 'ਚ ਐਂਟਰੀ ਕਰਨੀ ਹੋਗੀ ਤੇ ਪੁਲਿਸ ਨੇ ਰਾਹ ਬੰਦ ਕਰ ਦਿੱਤਾ ਵਾ, ਕਿਉਂਕਿ ਹੁਣ ਜਿਸ ਤਰ੍ਹਾਂ ਜੀ ਰਾਘਵ ਜੀ ਅੱਗੇ ਜਾਈਏ ਕੁਝ ਅਗਲਾ ਚੌਂਕ ਤੇ ਵੀ ਉਹ ਲੋਕ ਬੈਠੇ ਹੋਏ ਆ, ਤਾਂ ਆਹ ਚੌਂਕ ਕਰੀਬ
4-5 ਕਿਲੋਮੀਟਰ ਦਾ ਫਰਕ ਹੋਊਗਾ ਤੇ ਉਹ ਚੌਂਕ ਜਿਹੜੇ ਕਿ ਹੁਣ ਬੰਦ ਹੋ ਚੁੱਕੇ ਹੋਏ ਆ, ਇਸ ਕਰਕੇ ਡਿਵਰਸ਼ਨ ਹੁਣ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ। ਜੀ ਤੁਸੀਂ ਸਾਨੂੰ ਤਸਵੀਰਾਂ ਰਾਘਵ ਵਿਖਾਉਂਦੇ ਹੋ, ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਰਜਿੰਦਰ ਕੁਮਾਰ ਲੁਧਿਆਣਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਰਜਿੰਦਰ ਜਾਨਣਾ ਚਾਹਾਂਗੇ 10 ਵਜੇ ਦਾ ਸਮਾਂ ਹੋ ਚੁੱਕਾ, ਇਨਫੈਕਟ ਉਸ ਤੋਂ ਵੀ ਉੱਪਰ 5-10 ਮਿੰਟ ਹੋ ਚੁੱਕੇ ਨੇ, ਕਿੰਨਾ ਅਸਰ ਭਾਰਤ ਬੰਦ ਦਾ ਵੇਖਣ ਨੂੰ ਲੁਧਿਆਣਾ ਸ਼ਹਿਰ 'ਚ ਸਾਨੂੰ ਮਿਲ ਰਿਹਾ? ਜੀ ਬਿਲਕੁਲ, ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਜਿਹੜਾ SC ਸਮਾਜ ਦੇ ਵੱਲੋਂ ਇਹ ਕਾਲ ਜਿਹੜੀ ਆ ਦਿੱਤੀ ਗਈ ਸੀ ਕਿ ਅੱਜ ਭਾਰਤ ਬੰਦ ਜਿਹੜਾ ਉਹ ਕੀਤਾ ਜਾਵੇਗਾ, ਪਰ ਇਸ ਦੇ ਚੱਲਦਿਆਂ ਜੇਕਰ ਜਲੰਧਰ ਦੀ ਜਿਵੇਂ ਰਾਘਵ ਨੇ ਗੱਲ ਕੀਤੀ ਹੈ ਤਾਂ ਉੱਥੇ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਜ਼ਰੂਰ ਚੱਲ ਰਿਹਾ, ਪਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਅਜਿਹਾ ਕੋਈ ਵੀ ਜ਼ਿਆਦਾਤਰ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਔਰ ਸਾਫ਼ ਤੌਰ 'ਤੇ ਅਗਰ ਗੱਲ ਕਰੀਏ ਤਾਂ ਦੁਕਾਨਾਂ ਜਿਹੜੀਆਂ ਨੇ ਖੁੱਲ੍ਹੀਆਂ ਹੋਈਆਂ ਨੇ, ਭੀੜ ਭਾੜ ਵਾਲਾ ਇਲਾਕਾ ਹੈ, ਘੰਟਾ ਘਰ ਦਾ ਇਲਾਕਾ ਹੈ, ਔਰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਪੂਰਾ ਦਾ ਪੂਰਾ ਬਾਜ਼ਾਰ ਜਿਹੜਾ ਉਹ ਜ਼ਰੂਰ ਖੁੱਲ੍ਹਾ ਨਜ਼ਰ ਆ ਰਿਹਾ। ਔਰ ਦੁਕਾਨਦਾਰਾਂ ਦੇ ਨਾਲ ਵੀ ਜਦੋਂ ਇਸ ਸੰਬੰਧੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਜ਼ਰੂਰ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਬੰਦ ਕਰਨ ਦੇ ਨਾਲ ਕੋਈ ਵੀ ਹੱਲ ਨਹੀਂ ਹੋਣਾ, ਕਿਉਂਕਿ ਆਪਣੇ ਉਹ ਖਰਚੇ ਜਿਹੜੇ ਨੇ ਕਿੱਥੋਂ ਕੱਢਣਗੇ। ਤਾਂ ਦੁਕਾਨਦਾਰ ਕਿ ਆਖਿਰ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਜਾਂ ਨਹੀਂ ਪਤਾ ਸੀ, ਉਹਨਾਂ ਦਾ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ। ਪਰ ਇਹ ਜ਼ਰੂਰ ਤਸਵੀਰਾਂ ਦਿਖਾਈਆਂ, ਤੁਹਾਨੂੰ ਪਤਾ ਸੀ ਜੀ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਐਸੀ ਸਮਾਜ ਨੇ? ਸਰ ਇਹਦੇ ਬਾਰੇ ਸਾਨੂੰ ਪਤਾ ਨਹੀਂ ਹੈ, ਜੇ ਪਤਾ ਹੁੰਦਾ ਤਾਂ ਜ਼ਰੂਰ ਗੌਰ ਹੁੰਦਾ, ਪਰ ਇਹਦੇ ਬਾਰੇ ਤਾਂ ਕੋਈ ਨਾ ਸੋਸ਼ਲ ਮੀਡੀਆ 'ਤੇ ਕੁਛ ਖਬਰ ਆ ਰਹੀ ਹੈ ਅਤੇ ਸਾਨੂੰ ਤਾਂ ਤੁਹਾਡੇ ਕੋਲ ਹੀ ਮੇਰੇ ਹਿਸਾਬ ਨਾਲ ਪਤਾ ਲੱਗਿਆ, ਜੇ ਬੰਦ ਦਾ ਹੁੰਦਾ ਤਾਂ ਸਾਰਾ ਬਾਜ਼ਾਰ ਤੁਹਾਡੇ ਸਾਹਮਣੇ ਖੁੱਲ੍ਹਾ ਹੀ ਪਿਆ ਹੈਗਾ ਅਤੇ ਬੰਦ ਦਾ ਤਾਂ ਇਸ ਬਾਰੇ ਕਿਸੇ ਨੂੰ ਵੀ ਮੇਰੇ ਖਿਆਲ ਤਾਂ ਵੀ 99% ਨੂੰ ਪਤਾ ਹੀ ਨਹੀਂ ਹੋਏਗਾ ਵੀ ਅੱਜ ਬੰਦ ਹੈਗਾ, ਕਿਉਂਕਿ ਕੋਈ ਵੀ ਇਹਦੇ ਬਾਰੇ ਪਹਿਲਾਂ ਐਡਵਾਂਸ ਨਿਊਜ਼ ਨਹੀਂ ਹੈਗੀ ਵੀ ਸਾਨੂੰ ਪਤਾ ਹੋਵੇ। ਸਾਰਾ ਬਾਜ਼ਾਰ ਖੁੱਲ੍ਹਾ ਹੋਇਆ? ਟੋਟਲੀ ਬਾਜ਼ਾਰ ਖੁੱਲ੍ਹਾ ਜੀ, ਕਿਸੇ ਵੀ ਪਰਸਨ ਨੂੰ ਜਾਂ ਮਾਰਕੀਟ ਦੁਕਾਨਦਾਰ ਨੂੰ ਕਿਸੇ ਨੇ ਵੀ ਮੈਸੇਜ ਨਹੀਂ ਆਇਆ ਕਿਸੇ ਦਾ ਵੀ ਕਿ ਅੱਜ ਬਾਜ਼ਾਰ ਬੰਦ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਹੈ, ਕੋਈ ਕੁਛ ਨਹੀਂ ਹੈਗਾ। ਜੇਕਰ ਕੋਈ ਕਾਲ ਆਉਂਦੀ ਤਾਂ ਬੰਦ ਹੋਣਾ ਸੀ? ਬੰਦ ਹੁੰਦਾ ਜੀ, ਬਾਕੀ ਇਹ ਟਾਈਮਲੀ ਦੇਖਿਆ ਜਾਂਦਾ ਹੈਗਾ ਵੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ, ਕਿਸ ਚੀਜ਼ ਦੇ ਬਾਰੇ ਹੈਗਾ, ਫਿਰ ਉਹਦੇ ਬਾਰੇ ਸੋਚਦੀ ਮਾਰਕੀਟ ਕਮੇਟੀ ਜਿਹੜੀ ਹੈਗੀ ਉਹ ਇਹਦੇ ਬਾਰੇ ਸੋਚਦੀ, ਗੱਲਬਾਤ ਕਰਦੇ ਮੈਂਬਰ ਦੇ ਨਾਲ, ਸਾਰਿਆਂ ਨਾਲ ਸਲਾਹ ਕਰਦੇ ਨੇ, ਫਿਰ ਉਹ ਬਾਅਦ 'ਚ ਦੇਖਿਆ ਜਾਂਦਾ ਕੀ ਹੁੰਦਾ ਕੀ ਨਹੀਂ। ਸੋ ਸਾਫ਼ ਤੌਰ 'ਤੇ ਦੁਕਾਨਦਾਰ ਵੀ ਕਿਤੇ ਨਾ ਕਿਤੇ ਆਪਣਾ ਤਰਕ ਦਿੰਦੇ ਹੋਏ ਨਜ਼ਰ ਆ ਰਹੇ ਨੇ, ਔਰ ਕਿਹਾ ਜਾ ਰਿਹਾ ਹੈ ਕਿ ਅਗਰ ਕੋਈ ਵੱਡਾ ਇਸ਼ੂ ਹੁੰਦਾ, ਕੋਈ ਹਿੱਤਾਂ ਨੂੰ ਲੈ ਕੇ ਹੁੰਦਾ ਤਾਂ ਉਸ ਨੂੰ ਲੈ ਕੇ ਜਿਹੜਾ ਵਿਚਾਰਿਆ ਜਾਣਾ ਸੀ ਤਾਂ ਸਮਰਥਨ ਕੀਤਾ ਜਾਣਾ ਸੀ। ਤਾਂ ਦੂਸਰੇ ਪਾਸੇ ਅਗਰ ਗੱਲ ਕਰੀਏ ਲੁਧਿਆਣਾ ਦੇ ਘੰਟਾ ਘਰ ਦੀ, ਤਾਂ ਉੱਥੇ ਸਾਰੀ ਮਾਰਕੀਟ ਜਿਹੜੀ ਆ ਉਹ ਜ਼ਰੂਰ ਖੁੱਲ੍ਹੀ ਹੋਈ ਨਜ਼ਰ ਆ ਰਹੀ ਆ, ਔਰ ਲੋਕ ਵੀ ਜਿਹੜੇ ਆਵਾਜਾਈ ਹੈ ਰੋਜ਼ਾਨਾ ਦੀ ਤਰ੍ਹਾਂ ਇੱਥੇ ਜਿਹੜੀ ਆ ਉਹ ਨਜ਼ਰ ਆ ਰਹੀ ਆ, ਔਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਲੁਧਿਆਣਾ ਦੇ ਵਿੱਚ ਇਸਦਾ ਅਸਰ ਜਿਹੜਾ ਉਹ ਜ਼ਿਆਦਾਤਰ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਿਆ। ਜੀ ਜੀ ਤਸਵੀਰਾਂ ਤੁਸੀਂ ਰਜਿੰਦਰ ਸਾਨੂੰ ਵਿਖਾਉਂਦੇ ਰਹੋ, ਤੇ ਇਸ ਦੇ ਵਿਚਾਲੇ ਰਲਿਆ ਮਿਲਾ ਜੋ ਅਸਰ ਹੈ, ਇਫੈਕਟ ਹੈ ਵੇਖਣ ਨੂੰ ਮਿਲ ਰਿਹਾ। ਲੁਧਿਆਣਾ ਦੀ ਅਸੀਂ ਜੇ ਗੱਲ ਕਰੀਏ ਤੇ ਉੱਥੇ ਇੰਨਾ ਖਾਸ ਅਸਰ ਜੋ ਭਾਰਤ ਬੰਦ ਦਾ ਵੇਖਣ ਨੂੰ ਨਹੀਂ ਮਿਲ ਰਿਹਾ, ਪਰ ਜੇ ਜਲੰਧਰ ਜੋ ਦੁਆਬਾ ਰੀਜਨ ਹੈ ਉੱਥੇ ਇੱਕ ਵੱਡਾ ਆਧਾਰ ਹੈ, ਇੱਕ ਵੱਡੀ ਪਕੜ ਹੈ, BSP ਦੀ ਤਮਾਮ ਸਮਰਥਕ ਉੱਥੇ ਵੱਡੀ ਤਾਦਾਦ 'ਚ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਹੁਣ ਜਾਮ ਕਰਨ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ, ਤੇ ਆਰਕਸ਼ਣ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੁਲਿਸ ਦੇ ਵੱਲੋਂ ਮੁਸਤੈਦੀ ਜੋ ਹੈ ਉਹ ਕੀਤੀ ਗਈ, ਹਾਲਾਂਕਿ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਸੀ ਕਿ ਨੈਸ਼ਨਲ ਹਾਈਵੇ ਜਾਮ ਨਹੀਂ ਕੀਤਾ ਜਾਏਗਾ, ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦਰੀ ਵਿਛਾ ਕੇ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਮਾਮ ਉਸ ਹਾਈਵੇ ਨੂੰ ਜਾਮ ਕੀਤਾ ਜਾਏ। ਜੇ ਹਾਈਵੇ ਜਾਮ ਹੁੰਦਾ ਹੈ ਤਾਂ ਆਮ ਜੋ ਲੋਕ ਨੇ ਉਹਨਾਂ ਨੂੰ ਖੱਜਲ ਖੁਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਵੱਡੀ ਤਾਦਾਦ, ਜੇ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਵੀ ਵੱਡੀ ਤਾਦਾਦ 'ਚ ਟੂਰਿਸਟ ਜਾਂਦੇ ਨੇ, ਲੋਕ ਜਾਂਦੇ ਨੇ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਦੇ ਲਈ, ਤੇ ਆਮ ਲੋਕਾਂ ਨੂੰ ਅੱਜ ਭਾਰਤ ਬੰਦ ਦਾ ਕਾਲ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪਰ ਹਾਲੇ ਹੀ ਜੋ ਟਕਰਾਅ ਵਾਲੀ ਸਥਿਤੀ ਉਤਪੰਨ ਨਹੀਂ ਹੋਈ ਹੈ, ਹਾਲੇ ਹੀ ਜੋ ਤਮਾਮ ਪ੍ਰਦਰਸ਼ਨਕਾਰੀ ਨੇ ਉਹ ਰੋਡਸ ਤੇ ਹੀ ਬੈਠੇ ਹੋਏ ਨੇ, ਤੇ ਨਾਅਰੇਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਤਮਾਮ ਜੋ ਫੈਸਲਾ ਸੁਣਾਇਆ ਗਿਆ ਸੀ, ਜੋ ਟਿੱਪਣੀ ਕੀਤੀ ਗਈ ਸੀ, ਉਸਨੂੰ ਵਾਪਸ ਲਿਆ ਜਾਏ, ਤੇ ਬੰਦ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ।
ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਨਾਰੇਬਾਜ਼ੀ ਜ਼ਬਰਦਸਤ ਕੀਤੀ ਜਾ ਰਹੀ ਹੈ। ਖਾਸ ਕਰ ਇਸਦਾ ਜੋ ਇਫੈਕਟ ਹੈ, ਅਸਰ ਹੈ, ਸਾਨੂੰ ਜਲੰਧਰ 'ਚ ਵੇਖਣ ਨੂੰ ਮਿਲ ਰਿਹਾ ਹੈ। ਪਰ ਹਾਲੇ ਤੱਕ ਇਹੋ ਜਿਹੀ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਬਣੀ ਹੈ, ਪਰ ਪੁਲਿਸ ਪੂਰੀ ਮੁਸਤੈਦੀ 'ਤੇ ਹੈ ਕਿ ਕੋਈ ਇਹੋ ਜਿਹੀ ਸਿਚੁਏਸ਼ਨ ਨਾ ਉੱਥੇ ਹੋ ਜਾਏ ਜਿਸਦੇ ਚੱਲਦੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕਰੜੇ ਇੰਤਜ਼ਾਮ ਆ ਜੋ ਨੇ ਉਹ ਕੀਤੇ ਗਏ ਨੇ। ਅਤੇ ਲੁਧਿਆਣਾ ਦੀਆਂ ਤਸਵੀਰਾਂ ਅਸੀਂ ਵੇਖੀਆਂ, ਉੱਥੇ ਕੋਈ ਇਫੈਕਟ ਅਸਰ ਸਾਨੂੰ ਭਾਰਤ ਬੰਦ ਦਾ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹੋਏ ਨੇ। ਜੇ ਅਸੀਂ ਗੱਲ ਕਰੀਏ ਜਲੰਧਰ ਦੀ, ਤਾਂ ਹਾਲੇ ਤੱਕ ਬਾਜ਼ਾਰ ਨਹੀਂ ਖੁੱਲ੍ਹੇ ਨੇ, ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦਰੀਆਂ ਵਿਛਾ ਦਿੱਤੀਆਂ ਗਈਆਂ ਨੇ, ਸਟੇਜ ਸੈੱਟ ਕਰ ਲਈ ਗਈ ਹੈ, ਸਪੀਕਰ ਉੱਥੇ ਲਗਾ ਦਿੱਤੇ ਗਏ ਨੇ। ਅਤੇ ਹਾਲ ਹੀ 'ਚ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ 'ਤੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਅੱਜ ਅਹਿਮ ਟਿੱਪਣੀ ਕੀਤੀ। ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ। ਰਾਜੀਵ, ਜਲੰਧਰ 'ਚ ਅਸੀਂ ਤਸਵੀਰਾਂ ਵੇਖੀਆਂ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਨਾ ਚਾਹਾਂਗੇ ਅੰਮ੍ਰਿਤਸਰ 'ਚ ਕੀ ਕੁਝ ਹਾਲਾਤ ਨੇ, ਭਾਰਤ ਬੰਦ ਦਾ ਕਿੰਨਾ ਕੁ ਅਸਰ ਹੈ, ਪੁਲਿਸ ਦੀ ਕਿੰਨੀ ਮੁਸਤੈਦੀ। ਦੇਖੋ, ਜਿੱਥੋਂ ਤੱਕ ਬੰਦ ਦੀ ਗੱਲ ਹੈ ਤਾਂ ਭਾਰਤ ਬੰਦ ਦਾ ਸੱਦਾ ਜ਼ਰੂਰ ਦਿੱਤਾ ਗਿਆ ਸੀ, ਪਰ ਜੇਕਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਇਸ ਬੰਦ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਤਾਂ ਇਸ ਵੇਲੇ ਮੈਂ ਅੰਮ੍ਰਿਤਸਰ ਅਟਾਰੀ ਰੋਡ ਦੇ ਉੱਤੇ ਹਾਂ। ਤੁਸੀਂ ਦੇਖ ਸਕਦੇ ਕਿ ਆਵਾਜਾਈ ਜਿਹੜੀ ਹੈ ਆਮ ਦਿਨਾਂ ਦੇ ਵਾਂਗ ਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ, ਔਰ ਕੁਝ ਦੁਕਾਨਾਂ ਜਿਹੜੀਆਂ ਨੇ ਉਹ ਖੁੱਲ੍ਹ ਚੁੱਕੀਆਂ ਨੇ, ਕਿਉਂਕਿ ਅਮੂਮਨ 10 ਵਜੇ ਤੋਂ ਬਾਅਦ ਹੀ ਬਾਜ਼ਾਰ ਜਿਹੜੇ ਨੇ ਉਹ ਖੁੱਲ੍ਹਦੇ ਨੇ। ਔਰ ਦੂਸਰੇ ਪਾਸੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੇਜ਼ ਬਾਰਿਸ਼ ਵੀ ਜਿਹੜੀ ਹੈ ਕੁਝ ਦੇਰ ਪਹਿਲਾਂ ਹੋਈ ਸੀ, ਤਾਂ ਉਸ ਕਰਕੇ ਸੜਕਾਂ ਦੇ ਉੱਤੇ ਲੰਬੇ ਜਿਹੜੇ ਟ੍ਰੈਫਿਕ ਜਾਮ ਨੇ ਉਹ ਜ਼ਰੂਰ ਲੱਗੇ ਹੋਏ ਨਜ਼ਰ ਆ ਰਹੇ ਨੇ। ਤਾਂ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਵੇਲੇ ਟ੍ਰੈਫਿਕ ਜਿਹੜੀ ਹੈ ਉਹ ਕਈ ਕਿਲੋਮੀਟਰ ਜਿਹੜੇ ਜਾਮ ਲੱਗੇ ਹੋਏ ਨੇ, ਔਰ ਤੁਸੀਂ ਦੇਖ ਸਕਦੇ ਹੋ ਕਿ ਰੋਂਗ ਸਾਈਡ ਤੋਂ ਵੀ ਕੁਛ ਜਿਹੜੀਆਂ ਗੱਡੀਆਂ ਆਟੋ ਇਸ ਟ੍ਰੈਫਿਕ ਜਾਮ ਕਰਕੇ ਹੀ ਵਾਪਸ ਆ ਰਹੇ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਫਿਲਹਾਲ ਇਸ ਬੰਦ ਦਾ ਅਸਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਜ਼ਰ ਨਹੀਂ ਆ ਰਿਹਾ। ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਜਦੋਂ ਕਦੇ ਵੀ ਕੋਈ ਬੰਦ ਦਾ ਸੱਦਾ ਦਿੱਤਾ ਜਾਂਦਾ ਤਾਂ ਵੱਖ ਵੱਖ ਜਥੇਬੰਦੀਆਂ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹ ਵੀ ਦਿੱਤੇ ਜਾਂਦੇ ਨੇ। ਤਾਂ ਫਿਲਹਾਲ ਉਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਹਾਲੇ ਤੱਕ ਨਹੀਂ ਦਿੱਤੀ ਗਈ, ਪਰ ਪੁਲਿਸ ਵੱਲੋਂ ਕਿਉਂਕਿ ਜਿਹੜੇ ਜਦੋਂ ਇਸ ਤਰੀਕੇ ਦੇ ਸੱਦੇ ਦਿੱਤੇ ਜਾਂਦੇ ਨੇ ਤਾਂ ਪੁਲਿਸ ਉਸਦੇ ਲਈ ਤਿਆਰੀ ਜ਼ਰੂਰ ਕਰਦੀ ਹੈ। ਤਾਂ ਕਈ ਥਾਵਾਂ 'ਤੇ ਪੁਲਿਸ ਫੋਰਸ ਜਿਹੜੀ ਹੈ ਉਹ ਤੈਨਾਤ ਕੀਤੀ ਗਈ ਹੈ, ਵਾਧੂ ਪੁਲਿਸ ਫੋਰਸ ਨੂੰ ਜੋ ਹੈ ਉਹ ਤਿਆਰ ਰਹਿਣ ਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ। ਪਰ ਫਿਲਹਾਲ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਵੋਗੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਅਸੀਂ ਕਹਿ ਸਕਦੇ ਕਿ ਅੰਮ੍ਰਿਤਸਰ ਦਾ ਇੱਕ ਪ੍ਰਮੁੱਖ ਬਾਜ਼ਾਰ ਹੈ, ਪੁਤਲੀ ਘਰ, ਜਿੱਥੇ ਕਿ ਬਹੁਤ ਸਾਰੀਆਂ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਨੇ। ਤਾਂ ਇੱਥੇ ਅਕਸਰ ਭੀੜ ਭਾੜ ਜਿਹੜੀ ਉਹ ਨਜ਼ਰ ਆਉਂਦੀ, ਔਰ ਉਸ ਤਰੀਕੇ ਦੀ ਹੀ ਤਸਵੀਰ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ 10 ਵਜੇ ਤੋਂ ਦੁਕਾਨਾਂ ਜਿਹੜੀਆਂ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ ਨੇ, ਤਾਂ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ, ਔਰ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਉਹ ਆਪਣੇ ਕਾਰੋਬਾਰ ਜਿਹੜੇ ਨੇ ਉਹ ਖੋਲ੍ਹਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਬੰਦ ਦਾ ਫਿਲਹਾਲ ਕੋਈ ਵੀ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਆਉਣ ਵਾਲਾ ਜਿਹੜੇ, ਕਿਉਂਕਿ ਦੇਖੋ ਜਿੱਥੋਂ ਤੱਕ ਬਰਸਾਤ ਦਾ ਮੌਸਮ ਹੈ ਤਾਂ ਕਿਉਂਕਿ ਮੈਂ ਇਸ ਵੇਲੇ ਖਾਲਸਾ ਕਾਲਜ ਔਰ ਯੂਨੀਵਰਸਿਟੀ ਵਾਲੇ ਰੋਡ 'ਤੇ ਸਵੇਰੇ ਜਿਹੜੇ ਸਟੂਡੈਂਟਸ ਨੇ ਔਰ ਬਹੁਤ ਸਾਰੇ ਸਕੂਲ ਵੀ ਨੇ ਇਸ ਰੋਡ ਦੇ ਉੱਤੇ, ਤਾਂ ਸਵੇਰੇ ਸਵੇਰੇ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਆਪਣੀ ਡਿਊਟੀ 'ਤੇ ਵੀ ਜਾਂਦੇ ਨੇ। ਤਾਂ ਮੀਂਹ ਦੇ ਕਰਕੇ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ। ਮੈਂ ਇੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਥਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ, ਹਾਲਾਂਕਿ ਇੱਥੇ ਘੱਟ ਪਾਣੀ ਹੈ, ਪਰ ਕੁਝ ਸੜਕਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਇਸ ਵੇਲੇ ਭਰੀਆਂ ਹੋਈਆਂ ਨੇ, ਜਿਸ ਕਰਕੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਜ਼ਰੂਰ ਆ ਰਹੀ ਹੈ। ਪਰ ਦੁਕਾਨਾਂ ਤੁਸੀਂ ਦੇਖੋ ਕਿ ਚਾਹੇ ਕੋਈ ਫਰੂਟ ਦੀ ਦੁਕਾਨ ਹੈ ਜਾਂ ਹੋਰ ਦੁਕਾਨਾਂ ਨੇ, ਤਾਂ ਸਾਰੇ
ਜਿਹੜੇ ਬਾਜ਼ਾਰ ਨੇ ਉਹ ਖੁੱਲ੍ਹੇ ਹੋਏ ਨਜ਼ਰ ਆ ਰਹੇ ਨੇ। ਸੜਕੀ ਜਿਹੜੀ ਆਵਾਜਾਈ ਹੈ ਉਹ ਵੀ ਆਮ ਦਿਨਾਂ ਦੇ ਵਾਂਗ ਹੀ ਨਜ਼ਰ ਆ ਰਹੀ ਹੈ। ਚਾਹੇ ਉਹ ਆਟੋ ਦੀ ਗੱਲ ਕਰੀਏ, ਬੱਸਾਂ ਜਾਂ ਹੋਰ ਜਿਹੜੇ ਸਾਧਨ ਹੁੰਦੇ ਨੇ ਸਫ਼ਰ ਦੇ ਲਈ, ਤਾਂ ਕਿਸੇ ਤਰ੍ਹਾਂ ਦਾ ਬੰਦ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਸੀ। ਗੱਲ ਕਰਦੇ ਮੈਮ, ਅੱਜ ਜਿਵੇਂ ਬੰਦ ਦਾ ਸੱਦਾ, ਤੁਸੀਂ ਸਵੇਰ ਤੋਂ ਨਿਕਲੇ ਹੋ, ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ? ਪਰੇਸ਼ਾਨੀ ਪਾਣੀ ਦੀ ਆ ਰਹੀ ਹੈ, ਪਾਣੀ ਕਰਕੇ ਜਾਮ ਲੱਗਾ ਜਗ੍ਹਾ ਜਗ੍ਹਾ ਤੇ, ਸਾਨੂੰ ਦਿੱਕਤ ਆ ਰਹੀ ਆ, ਬਹੁਤ ਜ਼ਿਆਦਾ ਦਿੱਕਤ ਆ ਰਹੀ ਆ। ਬੰਦ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਹੀਂ? ਕਾਲਜ ਆ? ਹਾਂਜੀ। ਕਿਸੇ ਤਰ੍ਹਾਂ ਦਾ ਰਸਤੇ 'ਚ ਕੋਈ ਦਿੱਕਤ ਨਹੀਂ? ਨਹੀਂ, ਕੋਈ ਦਿੱਕਤ ਨਹੀਂ ਆਈ। ਤਾਂ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਕਿ ਬੰਦ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ, ਪਰ ਟ੍ਰੈਫਿਕ ਜਾਮ ਕਰਕੇ ਇਸ ਵੇਲੇ ਪੂਰਾ ਸ਼ਹਿਰ, ਅਸੀਂ ਕਹਿ ਸਕਦੇ ਹਾਂ ਕਿ ਟ੍ਰੈਫਿਕ ਜਾਮ ਦੇ ਨਾਲ ਜੂਝ ਰਿਹਾ। ਅੱਗੇ ਮੈਂ ਦਿਖਾਉਂਦਾ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਹਾਲਾਤ ਨੇ, ਤਾਂ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ, ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ। ਔਰ ਇਸੇ ਕਰਕੇ ਹੀ ਜਿਹੜੇ ਦੁਕਾਨਦਾਰ ਤੁਸੀਂ ਦੇਖੋ ਕਿ ਚਾਹੇ ਕੋਈ ਰੇਹੜੀ ਲਗਾਉਣ ਵਾਲਾ ਹੈ ਜਾਂ ਕੋਈ ਦੁਕਾਨਦਾਰ ਹੈ, ਤਾਂ ਉਹ ਲੇਟ ਜ਼ਰੂਰ ਹੋ ਰਹੇ ਨੇ ਇਸ ਬਾਰਿਸ਼ ਕਰਕੇ, ਪਰ ਬੰਦ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਿਹਾ।